Police solved the case of robbery at a gold shop in Guru Bazar of Amritsar. Gangster Shubham had carried out the robbery. Shubham was hiding in the house after the robbery. In that house, a young man named Robin was given as a robbed chain gift. Amritsar police arrest a young man while solving a robbery in Guru Bazar. Police has registered the case and started investigation. They have also recovered the stolen gold from the accused. Police recovered 407 grams of gold for about 14 lakhs. DCP Mukhwinder Singh Bula says that the Khan Masti Shubham gangster, along with his teammates, carried out the robbery by the gold shop. Shubham was brought on a production warrant and asked. When it was learned that Guru carried out the robbery in the market, 2.5 kilos of gold came in everyone's share and sharing the gold. Some gold was made by Shubham, which was hidden. After selling some gold, Shubham took a pistol and some accessories. ਜਿਸ ਸੰਬੰਧੀ ਜਿਹੜਾ ਜਦੋਂ ਸ਼ੁਭਮ ਨੂੰ ਬਟਾਲਾ ਪੁਲਿਸ ਨੇ ਅਰੈਸਟ ਕੀਤਾ ਸੀਗਾ, ਉਸ ਤੋਂ ਬਾਅਦ ਦੇ ਵਿੱਚ ਪਿਛਲੇ ਹਫ਼ਤੇ ਜਿਹੜਾ ਸ਼ੁਭਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਹਦੀ ਸਾਰੀ ਪੁੱਛਗਿੱਛ ਕੀਤੀ ਗਈ ਸੀ, ਜਿਸ ਤੋਂ ਇਹ ਸਾਰੇ ਕੇਸ ਦੇ ਜਿਹੜੇ ਆ ਕੜੀਆਂ ਜਿਹੜੀਆਂ ਸੀਗੀਆਂ ਉਹ ਖੁੱਲੀਆਂ ਸੀਗੀਆਂ, ਜਿਸ ਦੇ ਵਿੱਚ ਇਹ ਪਤਾ ਲੱਗਿਆ ਵੀ ਇਹਨਾਂ ਦੇ ਸ਼ੁਭਮ ਦੇ ਨਾਲ ਨਾਲ ਹਰਿੰਦਰ ਮਨੂ, ਅੰਗਰੇਜ਼ ਮਸਤੀ, ਕਰਨ ਮਸਤੀ, ਰਵੀ ਬਲਾਚੌਰੀਆ, ਅਰੁਣ ਸ਼ੁਰੀਮਾਰ, ਇਹ ਲੜਕੇ ਜਿਹੜੇ ਸੀਗੇ ਇਹਨਾਂ ਨੇ 6 ਜਣਿਆਂ ਨੇ ਇਕੱਠੇ ਹੋ ਕੇ ਪਲੈਨਿੰਗ ਬਣਾ ਕੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ, ਔਰ ਇਹ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਪਹਿਲੀ ਰਾਤ ਜਿਹੜੀ ਹੈ ਕਾਲੇ ਅਫਗਾਨੇ ਦੇ ਪਿੰਡ ਰੋਬਿਨ ਲੜਕਾ ਸੀਗਾ ਜਿਹੜਾ ਉਹਦੇ ਘਰ ਰਹੇ ਸੀਗੇ, ਜੋ ਇਸ ਨੂੰ ਉਹਨੇ ਇਸ ਦੇ ਵਿੱਚ 3 ਜਾਂ 4 ਚੇਨੀਆਂ ਜਿਹੜੀਆਂ ਉਹਨੂੰ ਦਿੱਤੀਆਂ ਸੀਗੀਆਂ, ਔਰ ਉਸ ਤੋਂ ਨੈਕਸਟ ਡੇ ਜਿਹੜਾ ਇਹ ਇੱਕ ਲੜਕਾ ਸੀ ਫੜਿਆ ਲੱਕੀ ਗਗਨ, ਇਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਆ, ਸ਼ਾਮ 84 ਦਾ ਉੱਥੋਂ ਦਾ ਰਹਿਣ ਵਾਲਾ ਆ, ਔਰ ਇਹਦੇ ਇਹਨੂੰ ਵੀ ਉਹਨਾਂ ਨੇ ਇੱਕ ਚੇਨ ਜਿਹੜੀ ਆ ਉਹ ਦਿੱਤੀ ਸੀਗੀ, ਜੋ ਇਹ ਸਾਰੀ ਪੁਲਿਸ ਨੇ ਜਿਹੜੀ ਇਹਦੀ ਇਹਨਾਂ ਕੋਲੋਂ ਬਰਾਮਦੀ ਕਰ ਲਈ ਹੈ। ਜੋ ਰੋਬਿਨ ਹੈ ਉਹ ਅਜੇ ਤੱਕ ਸਾਡੇ ਕਾਬੂ ਨਹੀਂ ਆਇਆ, ਔਰ ਉਸ ਤੋਂ ਉਪਰੰਤ ਜਿਹੜਾ ਇਹਨੇ ਸ਼ੁਭਮ ਨੇ ਜਿਹੜਾ ਆਪਸ ਦੇ ਵਿੱਚ ਜਦੋਂ ਸੋਨਾ ਵੰਡਿਆ ਸੀਗਾ ਇਹਨਾਂ ਦੇ ਹਿੱਸੇ 1.5 ਕਿਲੋ ਆਇਆ ਸੀਗਾ 6 ਜਣਿਆਂ ਦੇ, ਔਰ ਵਿੱਚੋਂ ਰਵੀ ਬਲਾਚੌਰੀਆ ਜਿਹੜਾ ਉਹਦੇ ਕੋਲ 800 ਗ੍ਰਾਮ ਜਿਹੜਾ ਸੋਨਾ ਉਹ ਆਇਆ ਸੀਗਾ। ਸੋ ਜਿਹੜਾ ਇਹਨੇ ਆਪਣਾ 1.5 ਕਿਲੋ ਸੋਨਾ ਸੀਗਾ ਉਹਦੇ ਵਿੱਚੋਂ 600-700 ਗ੍ਰਾਮ ਦੇ ਕਰੀਬ ਇਹਨੇ ਮੈਲਟ ਕਰਾ ਕੇ ਉਹਦੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਦੇ ਆ ਪੀਸ ਜੇ ਬਣਵਾ ਕੇ ਇਹਨੇ ਰਖਵਾ ਲਏ ਸੀਗੇ, ਜੋ 400 ਗ੍ਰਾਮ ਦੇ ਕਰੀਬ ਬਣੇ ਸੀਗੇ 700-800 ਗ੍ਰਾਮ ਦੇ, ਔਰ ਬਾਕੀ ਜਿਹੜਾ ਸੋਨਾ ਸੀਗਾ ਇਹਨੇ ਰਾਏਪੁਰ ਦੇ ਇੱਕ ਗੋਰੇ ਨਾਂ ਦਾ ਬੰਦਾ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਉਹਨੂੰ ਵੇਚ ਕੇ ਇੱਕ 9 mm ਦਾ ਪਿਸਟਲ, ਇੱਕ ਪੰਪ ਐਕਸ਼ਨ ਰਾਈਫਲ, ਇੱਕ ਬੁਲਟ ਪਰੂਫ ਜੈਕਟ ਜਿਹੜੀ ਆ ਔਰ ਇਹ ਉਹਨੇ ਉਹਦੇ ਕੋਲੋਂ ਖਰੀਦੀ ਸੀਗੀ, ਜੋ ਕਿ ਇਹਨੇ ਟੋਟਲ 12 ਲੱਖ ਰੁਪਏ ਵਿੱਚ ਖਰੀਦੀ ਸੀ, ਜੋ ਅਸੀਂ ਜਿਹੜਾ ਰਾਏਪੁਰ ਵਾਲਾ ਗੋਰਾ ਹੈ ਜਿਹੜਾ ਉਹਨੂੰ ਵੀ ਅਸੀਂ ਨਾਮਜ਼ਦ ਕਰ ਲਿਆ, ਔਰ ਉਹਦਾ ਵੀ ਪੂਰਾ ਐਡਰੈਸ ਵਗੈਰਾ ਲੈ ਕੇ ਉਹ ਪਤਾ ਲੱਗਿਆ ਪਿੱਛੋਂ ਭਿੱਖੀਵਿੰਡ ਦਾ ਰਹਿਣ ਵਾਲਾ, ਅਸੀਂ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਬਾਕੀ ਦੀ ਰਿਕਵਰੀ ਵੀ ਅਸੀਂ ਕਰਾਵਾਂਗੇ।